ਪੰਜਾਬ ਦਾ ਨੰਬਰ ਨੰਬਰ ਇਹਨੂੰ ਪੰਜਾਬ ਦਾ ਇਹਨੂੰ ਨੰਬਰ ਬੋਲ ਹਾਂ 0-300-45-45 750-750-30-60 ਕਣਕ ਤਾਂ ਚਲੋ 3200 ਨੂੰ ਵਿਕੇ ਧਿਆਨ ਦਾ ਸੁੱਟੋ ਅੰਦਰ ਸੁੱਟਣੀ ਪੈਣੀ ਲਓ ਜੀ ਆ 75 ਆ 14 ਮਾਡਲ 18 ਦੇ ਨੂੰ ਟਾਇਰ ਆ ਅਗਲੇ ਨਿਊ ਆ ਪੈਂਥਰ ਕੰਪਨੀ ਦੇ ਪੈਂਥਰ ਦੇ ਆ ਕਿਹੜੇ ਪਾਏ ਸਰਵਸ ਹਰ ਇਮ ਅਗਲੇ ਰੰਗ ਹੋਏ ਆਪ ਕੀਤੇ ਰੰਗ ਕੋਈ ਵਲੈਤੀ ਮਾਰਨਾ ਟਾਇਰ ਬਦਲੇ ਇਹਦੇ ਨਾਲ ਸ਼ੋਅ ਦੀ ਰੀਜਨਲ ਆ ਜੀ ਜਿੰਨੀ ਵੀ ਹੈ 14 ਮਾਡਲ ਆ ਸ਼ਪੂਰੇ ਦਾ ਇਹਨੂੰ ਨੰਬਰ ਲੱਗਾ ਵਾ ਆਹ ਕਿੱਥੋਂ ਲੀਕ ਕਰਨ ਡਿਆ ਜੀ ਆਹ ਨਿੱਕੀ ਜੀ ਇਹਦੇ ਵਿੱਚੋਂ ਪੰਪ ਨੋਇਲ ਏ ਵਨ ਇਹਦਾ ਹੁਣ ਚਾਪਰ ਚੱਲੇਗੀ ਇਹਦੇ ਨਾਲ ਕਿ ਨਹੀਂ ਬਣਾਈ ਟਰਾਲੀ ਟਰੂਲੀ ਪਹਿਲੇ ਦਿਨ ਹੀ ਚਲਾਉਣੀ ਹੁਣ ਕੀ ਵਢਾਈ ਲੈਣ ਡੇ ਜੇ ਕਢਾਈ ਬਣਾਈ 4,000-4,500-4,500 ਆ ਤਾਂ ਫਿਰ ਕਣਕ ਦਾ ਰੇਟ ਇਹ ਹੀ ਹੋਣਾ ਜਦੋਂ ਤੁਸੀਂ ਅੱਗ ਲਾਈ ਹੈ ਲਓ ਜੀ 75-14 ਮਾਡਲ ਸ਼ੇਪੂਰੇ ਦਾ ਨੰਬਰ ਹੈ ਇਹਨੂੰ ਲੋਕੇਸ਼ਨ ਹੈਗੀ ਜ਼ਿਲ੍ਹਾ ਸ਼ੇਪੂਰਾ ਤਹਿਸੀਲ ਢਾਬਾ ਮੰਡੀ ਸਫਦਰਾਬਾਦ ਦੀ ਜੋੜਾਂ ਤੱਕ ਅਗਲਾ ਪ੍ਰੈਸ਼ਰ ਤੱਕ ਹੈ ਓਰੀਜਨਲ ਇਹਦਾ ਆਹ ਜਿਹੜੀ ਆਹ ਲੀਕ ਆ ਇਹਦੀ ਉਹ ਬੰਦ ਹੋ ਗਈ ਟਾਇਰ ਇਹਦੇ ਤਕਰੀਬਨ 65 ਆਪ ਹੀ ਬਣਾ ਲਿਓ ਮੇਰੇ ਹਿਸਾਬ ਨਾਲ ਤਾਂ ਅੰਡੀ ਆ ਰਿਮਾਂ ਦਾ ਸਾਫ਼ ਆ ਕੋਈ ਰਿਮ ਦੱਗ ਹੀ ਨਹੀਂ ਲੈਂਕਾਂ ਦੱਗ ਹੀ ਨਹੀਂ ਕਿਸੇ ਕਿਸਮ ਦਾ ਇਹਨੂੰ ਰੋਗ ਨਹੀਂ ਰੁਪਈਆ ਨਹੀਂ ਮੰਗਦਾ ਹੈ ਪੂਰਾ ਵਾ ਟਾਇਰਾਂ ਦੇ ਲੱਗਣੇ ਹਾਂ ਟਾਇਰਾਂ ਦੇ ਲੱਗਣੇ ਪੈਸੇ ਅਤੇ ਆਹ ਸੀਲ ਇੱਧਰ ਦੀ ਪਵਾਈ ਆ ਕਿ ਪਵਾਈ ਆ ਪਹਿਲੇ ਦੀ ਲੀਕ ਹੋਈ ਸੀ ਇਹਦੇ ਉੱਤੇ ਲਾਉਣਾ ਤਾਂ ਨਹੀਂ ਕੁਛ ਹੁੱਕ ਲੈਣੀ ਹੁੱਕ ਇਹ ਲਾ ਦੇਣੀ ਆ ਹੋਰ ਇਹਨੂੰ ਕੀ ਚੰਬੜਿਆ ਟਾਇਰ ਹੈਣ ਬੇਦਾਗ ਲੇਕਿਨ ਹੈਣ ਕਸੇ ਇਹ ਟਾਇਰ ਤੁਹਾਨੂੰ ਪਵਾਉਣੇ ਪੈਣੇ ਭਾਵੇਂ ਸਾਲ ਨੂੰ ਪਵਾ ਲਿਓ ਭਾਵੇਂ ਜਾਂਦਿਆਂ ਪਵਾ ਲਿਓ ਭਾਵੇਂ 6 ਮਹੀਨਿਆਂ ਬਾਅਦ ਪਵਾ ਲਿਓ ਕਿਉਂ ਜੀ ਲੋ ਜੀ ਟੂਪਾ ਤੱਕ ਤਾਂ ਠੀਕ ਹੈ ਆਹ ਮਗਰਾਟ ਵੀ ਠੀਕ ਹੈ ਰਿਮ ਸਾਫ਼ ਸੁਥਰੇ ਸੋਹਣੇ ਰਿਮ ਨੇ ਇਹਦੇ 14 ਮਾਡਲ ਆ ਕਲੱਚ ਜੋੜ ਹਿੱਸਾ ਏ ਵਨ ਚਾਪਰ ਦੇ ਉੱਤੇ ਤਿਆਰ ਬਰ ਤਿਆਰ ਆ ਚੱਲਣ ਵਾਸਤੇ ਜੇ ਇਹਨਾਂ ਨੂੰ ਇਹਨਾਂ ਦੇ ਮੂੰਹ ਮੰਗੇ ਪੈਸੇ ਦੇ ਦਿਓਗੇ ਤਾਂ ਫਿਰ ਇਹ ਟਰੈਕਟਰ ਤੁਹਾਨੂੰ ਦੇ ਦੇਣਗੇ ਨੰਬਰ ਇਹਨਾਂ ਦਾ ਮਾਲਕਾਂ ਦਾ ਮੈਂ ਵਿੱਚ ਦੇ ਛੜਿਆ ਇਹਨਾਂ ਨਾਲ ਤੁਸੀਂ ਖੁਦ ਗੱਲ ਕਰ ਲੈਣੀ ਜ਼ਿਲ੍ਹਾ ਸ਼ੇਖਪੁਰਾ ਤਹਿਸੀਲ ਮੰਡੀ ਢਾਬਾ ਦੀ ਆ ਟਰੈਕਟਰ ਚੰਗਾ ਜੇ ਹੱਥੋਂ ਨਾ ਵੇਲਾ ਗਵਾਇਓ ਅਗਰ ਕਿਸੇ ਨੇ ਲੈਣਾ ਹੋਵੇ ਤਾਂ ਕਨੈਕਟ ਨੰਬਰ ਇਹਨਾਂ ਮਾਲਕਾਂ ਨਾਲ ਕਰ ਲਿਓ ਤਾਂ ਜਿੰਨੇ ਖਾਣਾ ਮੇਰੀ ਫੀਸ ਇਹਨਾਂ ਨੂੰ ਦੇ ਜਾਓ ਆਪ ਹੀ ਟਰੈਕਟਰ ਦੀ ਸ਼ੋਪ ਚੰਗੀ ਹੋਏਗੀ ਕਿਹੜੀ
ਇਹ ਵੀ ਵੇਚਣੀ ਹੈ ਹੈ ਵੀ ਕੱਪ। ਇਹਦੇ ਕਿੰਨੇ ਪੈਸੇ ਹੁਣ ਕਹਿਣ ਡੇ ਜੇ ਜਿਹੜੇ ਲੈ ਲੈਣੇ ਆ ਇਹਦੇ ਟਰੈਕਟਰ ਦੇ? ਵੀਹ ਲੱਖ ਰੁਪਈਆ ਅਤੇ ਕਿੰਨੇ ਦਾ ਦੇ ਦੇਣਾ ਐਂਡ? ਚਲੋ ਕਰ ਲਾਂਗੇ ਵਾਧਾ ਕਰ, ਜਿੱਥੇ ਮੈਂ ਆਉਂਦਾ ਉੱਥੇ ਨਹੀਂ ਹੈ ਉਹ ਬਹੁਤਾ ਸਸਤਾ, ਥੋੜ੍ਹੇ ਪੈਸੇ ਹੋ ਤਾਂ ਜੇ 19 ਦਾ ਦੇਗਾ ਤਾਂ ਟਾਇਰ ਪਵਾ ਕਿੱਥੇ ਜਾਊ ਕੰਮ, ਇਹ ਵੀ ਤਾਂ ਵੇ 21 ਲੱਖ 'ਚ ਟੁਰ ਜਾਣਾ ਇਹਨੇ। ਉੱਧਰੋਂ ਕਿੰਨੇ ਦਾ ਹੋਇਆ? 36 ਲੱਖ ਦਾ ਤਾਂ ਹੋਇਆ ਪਿਆ। ਇਹ 75 ਆ ਨਾ, ਇਹ ਕਿਹੜਾ 85 ਆ? ਇਹ ਕਿੰਨੇ ਦਾ? ਇਹਦੇ ਦਾ ਹੀ ਆ 18 ਲੱਖ ਰੁਪਈਏ ਦਾ ਕਰ ਦਈਏ ਹੈ, 18 ਦਾ ਨਹੀਂ ਕਿੰਨੇ ਕੁ? 20 ਕਵਾਂ। ਲਓ ਜੀ 20 ਲੱਖ ਰੁਪਈਆ ਕਹਿਣ ਡੇ ਆ ਅਤੇ 19 ਦੇ ਆਣ ਕੇ ਬ੍ਰੇਕਾਂ ਮਾਰਦੇ ਆ। 18 ਲੱਖ ਦੇ ਅੰਦਰ ਬਾਹਰ ਮੈਂ ਕਿਹਾ ਸੀ ਵੀ ਵਿਕਾ ਦਿੰਦੇ ਹਾਂ, ਉਹਨਾਂ ਕਿਹਾ ਨਹੀਂ ਸਾਈਆਂ ਨੇ ਵੀ ਸਾਨੂੰ ਬਹੁਤੇ ਲੱਗੇ ਪੈਸੇ। ਕਿਉਂ ਜੀ? 19 ਲੱਗਾ ਸਾਨੂੰ। ਲਓ ਜੀ ਹੁਣ ਤੋਂ ਉਹਨਾਂ ਨੂੰ ਕੀ ਕਹਿ ਸਕਦੇ ਹਾਂ, ਨੰਬਰ ਮੈਂ ਦੇ ਦਿੱਤਾ, ਟਰੈਕਟਰ ਤੁਹਾਨੂੰ ਵਿਖਾਲ ਦਿੱਤਾ, ਇਹਨਾਂ ਨਾਲ ਹੁਣ ਤੁਸੀਂ ਖੁਦ ਗੱਲ ਕਰ ਲੈਣੀ। ਸਲੋ ਸਟਾਰਟ ਇੰਜਣ ਮਕੈਨੀਕਲ ਦਾ ਆ ਜਾ ਕੇ ਸਿਰਫ ਟਾਇਰਾਂ ਦਾ ਰੌਲਾ ਵਾ, ਡੀਲਰ ਦੀ ਸਮਝ 'ਚ ਤਾਂ ਮੁਸ਼ਕਲ ਹੋਣਾ। ਦੂਸਰਾ ਸ਼ਾਇਦ ਕੋਈ ਜ਼ਿਮੀਦਾਰ ਲੈ ਲਏ, ਜ਼ਿਮੀਦਾਰ ਨੂੰ ਹੁੰਦਾ 50-20 ਹਜ਼ਾਰ ਨਾਲ ਕੋਈ ਫਰਕ ਨਹੀਂ ਪੈਂਦਾ। ਓਕੇ ਜੀ, ਅੱਲਾ ਹਾਫਿਜ਼।